ਲੋ ਮਿੱਤਰੋ, ਲਾਈਟਾਂ ਲੂਟਾਂ ਲਾਉਣ ਡਿਆ ਸੀ, ਵਾਇਰਿੰਗ ਕਰਨ ਡਿਆ ਆ, ਅਤੇ ਇੱਧਰਲੀ ਸਾਈਡ 'ਤੇ ਵੀ ਉਹ ਸਾਹਮਣੇ ਵੀ ਇੱਦਾਂ ਹੀ ਲਾਈਆਂ ਡਬਲ ਡਬਲ ਕਰਕੇ। ਉਹ ਰੌਲਾ ਨਹੀਂ ਪਾਉਣਾ, ਸ਼ਾਂਤੀ ਰੱਖੋ। ਪੇਟੀਆਂ ਭਾਅ ਜੀ ਬਣਾਉਣ ਡਿਆ ਆ, ਅਤੇ ਕੰਮ ਵੀ ਰੋਕਿਆ ਹੋਇਆ ਜੀ, ਹੁਣ ਦੁਬਾਰਾ ਸ਼ੁਰੂ ਕੀਤਾ, ਲੋਡ ਪੋਟ ਕੀਤਾ ਹੋਇਆ। ਅਤੇ ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ, ਕੀ ਹਾਲ ਚਾਲ ਪੰਜਾਬੀ? ਠੀਕ ਠਾਕ, ਲੇਬਰ ਪੂਰਾ ਸਾਥ ਦੇ ਰਹੀ ਹੈ ਨਾਲ ਆਪਣੇ ਕੰਮ ਕਰਾਉਣ 'ਚ, ਮਿਸਤਰੀ ਦੋ ਲੱਗੇ ਹੋਏ ਆ, ਲੇਬਰ ਤਾਂ ਦੇ ਲਓ, ਇੱਧਰ ਵੀ ਇਹ ਵੀ ਨਾਲ ਹੀ ਰਲਿਆ ਹੋਇਆ। ਓਏ ਓ ਕਿੱਦਾਂ ਫਿਰ ਦੇਖਦਾ ਤਾਂ ਉਦਾਂ ਜ਼ਿਆਦਾ ਰੈੱਡ ਬੋਰਡ ਦੀਆਂ ਲਾਈਦੀਆਂ ਜਿਹੜੀਆਂ ਗੱਡੀ 'ਚ ਲਾਈ ਦੀਆਂ ਆ, ਰੈੱਡ ਬੋਰਡ ਦੀ ਜਿਹੜੀ ਗੂੰਜ ਆ ਉਹ ਇਹਦੇ ਨਾਲੋਂ ਜ਼ਿਆਦਾ ਖਰੀ ਆ। ਬਾਕੀ ਇਹ ਵਾਲਾ ਬੋਰਡ ਵੀ ਜਿਹੜਾ ਆਪਾਂ ਵਾਈਟ ਮੰਗਾਇਆ, ਵਾਈਟ ਮੈਨੂੰ ਲੱਗਦਾ 12-1300 ਦਾ ਵੀ ਬੋਰਡ ਆਉਂਦਾ, 14-1500 ਦਾ ਵੀ ਆਉਂਦਾ, 18-1900 ਦਾ ਆਉਂਦਾ। ਜੇ ਆਪਾਂ ਹੈਵੀ ਵਾਲਾ ਲਾਇਆ ਹੋਊਗਾ ਵਧੀਆ ਵਾਲਾ, ਅਤੇ ਇਹ 'ਚ ਜੇ ਹਲਕਾ ਲਾਉਣਾ ਹਲਕਾ ਲਾ ਸਕਦੇ, ਹੁਣ ਨਹੀਂ ਪੇਟੀ ਸਸਤੀ ਲੈਂਦੀ, ਜਿੱਦਾਂ ਅੱਗੇ ਆਉਂਦੀਆਂ ਸੀ ਪੇਟੀਆਂ ਉਹ ਹਲਕੀ ਹੁੰਦੀ ਥੋੜ੍ਹੀ ਜਿਹੀ ਪੇਟੀ, ਇਹ ਹੁਣ ਆਪਾਂ ਹੋਰ ਮਤਲਬ ਇਹਦੇ ਵਿੱਚ ਇੰਪਰੂਵਮੈਂਟ ਕਰ ਦਿੱਤੀ। ਠੀਕ, ਬਾਕੀ ਇਹ ਨਿਬੜ ਗਿਆ ਆ। ਹੈਂ ਲਓ ਵੀ ਰੰਗ ਰੁੰਗ ਵੀ ਹੋ ਗਿਆ, ਅਤੇ ਲਾਈਟਾਂ ਆਪਾਂ ਇਹਦੇ 'ਚ ਐਦ ਕੀ ਇੱਦਾਂ ਲਵਾਤੀਆਂ, ਅਤੇ ਇਹਦਾ ਇਹ ਫਾਇਦਾ ਵੀ ਥੱਲੇ ਮਤਲਬ ਪਰਛਾਵਾਂ ਜਿਹਾ ਨਹੀਂ ਰਹਿੰਦਾ। ਹੁਣ ਜਿਹੜਾ ਡੈਂਟ ਵਾਲਿਆ ਜਿਹਾ ਵੀ ਹੋਇਆ, ਥੱਲੇ ਕੋਈ ਖੜ੍ਹਦਾ ਵੀ ਹੈ ਨਾ, ਕੰਮ ਵੀ ਕਰਦੇ ਹਾਂ, ਅਤੇ ਪਰਛਾਵਾਂ ਨਹੀਂ ਰਹਿੰਦਾ। ਅਤੇ ਇਹ ਸਾਰਿਆਂ 'ਤੇ ਆਪਾਂ ਇੱਦਾਂ ਲਾ ਦੇਣੀਆਂ ਲੈਣ ਸਾਈਡ, ਉਹ ਅੰਦਰਲੀ ਸਾਈਡ 'ਤੇ ਲਾਤੀਆਂ ਉਹਦੇ, ਠੀਕ ਆ, ਉੱਥੇ ਲੱਗ ਗਈਆਂ ਆ, ਅਤੇ ਉਹਨਾਂ ਦਾ ਕਨੈਕਸ਼ਨ ਦੇ ਗਿਆ, ਇਹਨਾਂ ਦੀਆਂ ਤਾਰਾਂ ਕੱਢ ਲਈਆਂ ਆ ਬਸ, ਇੱਥੇ ਪਲੱਗ ਬਣਾ ਕੇ, ਅਤੇ ਉਹਦੇ ਵਿੱਚ ਆਪਾਂ ਕਨੈਕਸ਼ਨ ਇਹਨਾਂ ਦਾ ਦੇ ਦੇਣਾ। ਇੱਥੇ ਵਾ ਇਹ ਆਪਾਂ ਬਣਾਇਆ ਦੂਜਾ ਸਪੀਡ ਬ੍ਰੇਕਰ, ਸਪੀਡ ਬ੍ਰੇਕਰ ਦੇ ਵਿੱਚ ਚਿੱਟਾ ਰੰਗ ਮਾਰ ਦੇਣਾ ਇੱਥੇ, ਠੀਕ ਆ। ਬਾਕੀ ਗੇਟ ਆਪਾਂ ਉੱਪਰ ਤੱਕ ਹੀ ਲਵਾ ਲੈਣਾ ਧੁਰ ਤੱਕ, ਅਤੇ ਉੱਧਰਲੀ ਸ਼ੈੱਡ ਜਿਹੜੀ ਆ ਉਹ ਵੀ ਬਾਅਦ ਵਿੱਚ ਫਿਰ ਵਧਾਵਾਂਗੇ ਥੋੜ੍ਹੀ ਜਿਹੀ, ਜਦੋਂ ਬਾਬਾ ਮਿਹਰ ਕਰੂਗਾ, ਕੰਮ ਕਾਰ ਹੋਰ ਥੋੜ੍ਹਾ ਸੈੱਟ ਹੋਇਆ, ਅਤੇ ਉਦੋਂ ਫਿਰ ਆਪਾਂ ਉੱਧਰਲੀ ਸ਼ੈੱਡ ਵੀ ਵਧਾਵਾਂਗੇ। ਅਤੇ ਹੁਣ ਇਹਦਾ ਨਵੇੜ ਲਿਆ ਆ, ਇੱਥੇ ਮੇਰਾ ਇਰਾਦਾ ਆ ਵੀ ਆਪਾਂ ਆਪਣਾ ਸ਼ੋਰੂਮ ਬਣਾਈਏ, ਸਮਾਨ ਸਮੂਨ ਟਕਾਵਾਂਗੇ ਇੱਥੇ ਸਾਰੇ, ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਆਹ ਚੀਜ਼। 'ਤੇ ਜੇ ਆਪਾਂ ਐਲਮੀਨੀਅਮ ਦਾ ਬੂਹਾ ਲਾਉਂਦੇ ਹਾਂ, ਬੂਹਾ ਹੈ ਨਾ ਬੰਦ ਕਰ ਦਿੰਦੇ ਹਾਂ, ਅਤੇ ਅੱਛਾ ਮੇਰੇ ਦੋ ਪਲੈਨ ਆ, ਇੱਕ ਤਾਂ ਪਲੈਨ ਹੈਗਾ ਇਹ ਐਲਮੀਨੀਅਮ ਦਾ ਬੂਹਾ ਲਾ ਕੇ ਅਤੇ ਅੰਦਰ ਸਾਰਾ ਸਮਾਨ ਡੈਕੋਰੇਸ਼ਨ ਵਗੈਰਾ ਕਰਾਂਗੇ, ਸਮਾਨ ਟਕਾਵਾਂਗੇ, ਠੀਕ ਆ। ਦੂਜਾ ਮੇਰਾ ਪਲੈਨ ਹੈਗਾ ਬੀ ਵੀ ਇੱਥੋਂ ਪਾਰਟੀਸ਼ਨ ਕਰ ਦਈਏ ਇਹਦੀ ਇੰਨੀ, ਅਤੇ ਬੈਕ ਸਾਈਡ 'ਤੇ ਸਾਰੇ ਸਮਾਨ ਲੱਗ ਜਾਵੇ, ਅਤੇ ਮੋਰਲੀ ਸਾਈਡ 'ਤੇ ਬਹਿਣ ਬਹੁਣ ਨੂੰ ਥਾਂ ਬਚ ਜੂਗਾ, ਇੱਥੋਂ ਖੁੱਲ੍ਹਾ ਰਹਿਣ ਦੇਵਾਂਗੇ, ਇੱਥੇ ਬੂਹਾ ਲੱਗ ਜੂਗਾ। ਦੱਸਿਓ ਕਮੈਂਟ ਕਰਕੇ ਕਿਹੜਾ ਸਹੀ ਰਹੂਗਾ ਕੰਮ, ਅਤੇ ਫਿਰ ਉਸ ਹਿਸਾਬ ਨਾਲ ਕਰਾਂਗੇ, ਠੀਕ ਆ। ਬਾਕੀ ਇੱਧਰ ਬਾਥਰੂਮ ਬਣਾ ਦਿੱਤਾ ਸਾਈਡ 'ਤੇ, ਇੱਥੇ ਐਗਜ਼ੋਸਟ ਫੈਨ ਵਗੈਰਾ ਲੱਗ ਜੂ, ਜਾਲੀ ਲਾ ਦੇਣੀ, ਸਾਰਾ ਬੰਦ ਕਰ ਦੇਣਾ, ਇੱਧਰ ਬਾਥਰੂਮ ਬਣ ਗਿਆ, ਫਿਰ ਫੋਟਾਂ ਆ। ਇਹ ਸਾਰਾ ਤੁਹਾਡੀ ਮਿਹਰਬਾਨੀ ਆ ਭਰਾਵਾਂ ਦੀ, ਸਾਰਿਆਂ ਦੀ, ਜਿਹੜੇ ਜਿਹੜੇ ਸਿਸਟਮ ਲਵਾਉਣ ਆਉਂਦੇ ਆ, ਠੀਕ ਨਹੀਂ, ਗਾਂ ਤੋਂ ਗਾਂ ਵੀਡੀਓ ਸ਼ੇਅਰ ਕਰਦੇ ਆ। ਇਹ ਪਾਈ ਆਪਾਂ ਹੁਣ, ਇਹ ਹੈਗੀ ਆ 15x16 ਫੁੱਟ 'ਤੇ ਆ ਇੱਧਰੋਂ, ਅਤੇ ਇੱਧਰੋਂ ਹੈਗੀ 13x12.5 ਫੁੱਟ 'ਤੇ, ਆ ਜਿੰਨਾ ਮਰਜ਼ੀ ਟਰੀਟਰ ਉੱਚਾ ਹੋਵੇ ਹੁਣ ਨਹੀਂ ਕੋਈ ਟੈਨਸ਼ਨ ਹੈਗੀ। ਲਾਈਟ ਵਾਹਵਾ ਇਹਨਾਂ ਦੀ, ਨਾਲੇ ਇਹਨਾਂ ਨੇ ਬਿਜਲੀ ਘੱਟ ਖਾਣੀ ਆ, ਦੂਜੀਆਂ ਜਿਹੜੀਆਂ ਆਪਾਂ ਲਾਈਟਾਂ ਉੱਦਾਂ ਲਾਈ ਦੀਆਂ ਜਿੱਦਾਂ ਉਹ ਚੀਜ਼ ਲੱਗੀ ਉਹ ਵਾਲੀ, ਉਹ ਲਾਈਟ ਬਹੁਤ ਮਤਲਬ ਖਿੱਚਦੀਆਂ, ਉੱਦਾਂ ਵੀ ਚਾਨਣ ਹੈਗਾ ਪਰ ਲਾਈਟ ਬਹੁਤ ਖਿੱਚਦੀਆਂ। ਅਤੇ ਇੱਕੋ ਤਾਂ ਇਹ ਪੰਗਾ, ਉਹ ਫੋਕਸ ਵਾਲੀ ਲਾਈਟ ਆ ਇਹਦਾ, ਇੱਦਾਂ ਇਹਦੀ ਫਿਲਰਮੀ ਲਾਈਟ ਆ ਸਾਰੇ, ਹੈ ਨਾ, ਥੱਲੇ ਇੱਕ ਵਾਰੀ ਆਪਾਂ ਬਾਅਦ ਵਿੱਚ ਘੋਲੀਆ ਜਿਹਾ ਪਾ ਦੇਣਾ,
ਥੋੜ੍ਹਾ ਪੱਧਰਾ ਪੁੱਧਰਾ ਕਰ ਲਵਾਂਗੇ ਬਾਅਦ ਵਿੱਚ, ਫਿਰ ਦੇਖਾਂਗੇ ਜੋ ਸ਼ੂਟ ਸਾਥ ਮਾੜਾ ਜਿਹਾ ਆਇਆ ਅਤੇ ਇੰਟਰਲ ਪੱਕ ਵਗੈਰਾ ਲਾਵਾਂਗੇ। ਪੇਟੀ ਹੋ ਗਈ ਕੰਪਲੀਟ, ਇਹ ਸੁੱਕ ਚੱਲੀ ਆ, ਬਸ ਇਹਨੂੰ ਲੈਦਰ ਆਪਾਂ ਲਾ ਦੇਣਾ, ਇਹਨੂੰ ਓਕੇ ਰਿਪੋਰਟ ਕਰਕੇ ਇਹ 'ਚ ਲੱਗਣੇ ਆ ਸੀ ਵਾਲੇ ਬੂਫਰ। ਭਰਾ ਨੇ ਅੱਗੇ ਸੈੱਟ ਲਿਆ ਹੋਇਆ ਆਪਣੇ ਕੋਲ ਚੌਂ ਬੂਫਰਾਂ ਵਾਲਾ ਹਰਿਆਣੇ ਤੋਂ ਆ, ਤੇ ਐਰੀ ਕੇ ਹੁਣ ਸਰਹੰਦ 'ਤੇ ਵਾਪਸੀ ਆਊਗਾ ਟਰੈਕਟਰ ਆਪਣੇ ਕੋਲੋਂ, ਫਿਰ ਨਵਾਂ ਸੱਪ ਕੱਢ ਕੇ ਦੇਵਾਂਗੇ ਉਹਨੂੰ ਕੋਈ। ਅਤੇ ਹੁਣ ਉਹ ਕਹਿੰਦਾ ਖੇਤੀਬਾੜੀ ਕਰਨੀ ਆ, ਤਾਂ ਹੁਣ ਦੂਜਾ ਸੈੱਟ ਲਾ ਦੇਣਾ, ਤਾਂ ਆਹ ਪੇਟੀ ਉਹਦੇ ਲਈ ਤਿਆਰ ਕੀਤੀ ਆ। ਠੀਕ ਆ ਮੇਰਾ ਵੀਰ, ਕਰੋ ਉਹ ਚੈੱਕ ਅੱਜ ਨਾ ਬਹੁ, ਕੱਲ੍ਹ ਨੂੰ ਪੈ ਜੂ ਫੀਡਿੰਗ ਚੈੱਕ ਕਰੋ ਮਾੜੀ, ਦੱਸੋ ਭਰਾ ਤੁਹਾਡੇ ਦੀ ਗੱਲਬਾਤ ਹੈ ਕਿ ਨਹੀਂ ਹੈ। ਥੱਲੇ ਵਾਲਾ ਕਰਤਾ ਹੈ ਵੀ ਸੁੱਚ, ਬੈਲਟ ਸੈੱਟ ਚਲਾਉਣ ਨੂੰ, ਗਰੈਂਡਰ ਚਲਾਉਣ ਨੂੰ, ਉੱਤੇ ਸਾਰੇ ਹੋ ਗਏ ਸੁੱਚ, ਜਿੱਦਾਂ ਐਗਜ਼ੋਸਟ ਫੈਨ ਦੇ ਉੱਪਰਲੀਆਂ ਲਾਈਟਾਂ ਦੇ ਮੋਰਲੀਆਂ ਮਗਰਲੀਆਂ ਉਦੋਂ ਮਗਰਲੀਆਂ, ਅਤੇ ਉਹ ਅੰਦਰਲੀਆਂ ਦਾ ਅੰਦਰ ਲਾ ਦੇਣਾ ਆ। ਅਤੇ ਆਹ ਵੀ ਹੈਵੀ ਵਾਲਾ ਆ, ਇੱਕ ਆਪਾਂ ਇੱਥੋਂ ਸਪਲਾਈ ਅੰਦਰ ਦੇਣੀ ਆ, ਇੱਕ ਇੱਥੇ ਇਨਵੈਟਰ ਦਾ ਅੰਦਰ ਛੱਡਣਾ ਆ ਪਲੱਗ, ਅਤੇ ਬਾਹਰਲੇ ਪਾਸੇ ਇੱਕ ਸੁੱਚ ਹੋਰ ਇੱਥੇ ਹੈਵੀ ਵਾਲਾ ਲਾਉਣਾ। ਠੀਕ ਆ, ਆਹ ਹੁਣ ਕਰਦੇ ਹਾਂ ਡਨ। ਬਾਕੀ ਜਿੱਦਾਂ ਵਾਕਿਆ ਲੈਟ ਇਹਨਾਂ ਦੀ ਵਾਹ ਵਾਹ ਯਾਰ। ਲਓ ਵੀ ਨਵੇੜਤਾ ਹੀ ਉਹ, ਇੱਧਰ ਇੱਕ ਪਲੱਗ ਰੱਖ ਲਿਆ, ਮਾਤਾ ਦੇਖ ਲਾ ਕੋਲ ਹੀ ਬੈਠੀ ਆ, ਮਾਤਾ ਫਿਕਰ ਬਹੁਤ ਕਰਦੀ ਆ। ਉਹ ਇੱਕ ਰਹਿ ਗਿਆ ਕੱਸਣ ਵਾਲਾ, ਉੱਥੋਂ ਮੇਨ ਸਪਲਾਈ ਜੋੜੀ ਮਤਲਬ ਤਾਂ ਕਰਕੇ ਨਹੀਂ ਉਹ ਕੱਸਿਆ। ਬਾਕੀ ਐਗਜ਼ੋਸਟ ਫੈਨ ਦੋ ਲਾਤੇ ਆ, ਅਤੇ ਆਹ ਮੈਨੂੰ ਬਹੁਤ ਸੋਹਣੀਆਂ ਆਈਟਮਾਂ ਲੱਗੀਆਂ, ਰਰਾ ਦਾ ਕੰਧਾਂ 'ਤੇ ਵੀ ਆਪਾਂ ਖੋਡੀਆਂ ਜਿਹੀਆਂ ਪਾ ਲਵਾਂਗੇ ਅਸੀਂ। ਅਤੇ ਆਹ ਹੋ ਗਿਆ, ਉਹ ਸੈਂਟਰ 'ਚ ਇੱਕ ਪੱਖੇ ਨੂੰ ਛੱਡਤਾ ਉੱਥੇ, ਅਤੇ ਇੱਥੇ ਚਾਰ ਲਾਈਟਾਂ ਲਾਤੀਆਂ, ਅਤੇ ਇਹਦੇ ਅੰਦਰ ਡੈਕੋਰੇਸ਼ਨ ਵਾਲੀਆਂ ਲਾਈਟਾਂ ਵੀ ਲਾਵਾਂਗੇ ਹਲੇ। ਅਤੇ ਬਾਕੀ ਹਲੇ ਤਾਂ ਸਲਾਬ ਜੀ ਨਹੀਂ ਸੁੱਕਣ ਡਈ, ਕਿਉਂਕਿ ਪਾਣੀ ਬਹੁਤ ਲਾਇਆ ਇੱਟਾਂ ਨੂੰ, ਉਹਦਾ ਕਰਕੇ ਹੁਣ ਮੈਨੂੰ ਲੱਗਦਾ ਉੱਦਾਂ ਇਹ ਸੁੱਕੂਗੀ ਸਲਾਬ, ਤਾਂ ਫੇਰ ਦੇਖਦੇ ਹਾਂ। ਬਾਕੀ ਹੁਣ ਆਹ ਰਹਿ ਗਈਆਂ ਇੱਕ ਇੱਕ ਮਾਤਾ ਕਹਿੰਦੀ ਇੱਥੇ ਪੱਖਾ ਲਾ ਦੇ ਕਿਤੇ ਅਗਲੇ ਨੇ ਬਹਿਣਾ ਬੁਣਾ ਹੈ ਨਾ, ਅਤੇ ਮੰਜਾ ਮੁੰਜਾ ਇੱਥੇ ਡਾਉਣਾ ਤਾਂ ਡਾ ਕੇ ਅਗਲਾ ਬਹਿ ਸਕਦਾ ਹੈ ਨਾ। ਅਤੇ ਇੱਕ ਇੱਧਰ ਬਾਥਰੂਮ ਦੀ ਲਾਈਟ ਰਹਿ ਗਈ ਲਾਉਣ ਵਾਲੀ, ਅੱਜ ਰਾਤ ਨੂੰ ਆਪਾਂ ਕੰਮ ਸਾਰਾ ਨਿਬੇੜ ਦੇਣਾ, ਬਾਕੀ ਧੋ ਧੋ ਗਹਿਣ ਓਕੇ ਰਿਪੋਰਟ ਕਰਤਾ ਜਾਵਾਂ। ਕੱਲ ਪੈ ਗਿਆ ਕੱਲ ਮੀਂਹ ਪੈਣ, ਉਧਰੋਂ ਮੈਂ ਚੱਲਿਆ ਮਾੜਾ ਜਿਹਾ ਕਾਲੇ ਸੰਘਿਆਂ ਨੂੰ, ਮਾਤਾ ਨੇ ਸੂਟ ਸਾਟ ਲੈਣੇ ਕਹਿੰਦੇ, ਮਾਤਾ ਹੁਣ ਸਿਆਲਾਂ ਵਾਲੇ ਲੈਣੇ, ਗਰਮੀਆਂ ਗਰਮੀ ਤਾਂ ਹੁਣ ਮਹੀਨਾ ਰਹਿ ਗਿਆ ਸਰ, ਬਾਕੀ ਆਪਾਂ ਉਰਲੇ ਪਾਸੇ ਚਲੇ ਜੀ ਛੱਡੀਆਂ ਮੱਛੀਆਂ, ਕੁਰੀਅਰ ਵੀ ਆਪਣਾ ਇੱਕ ਉਹ ਆਉਣ ਵਾਲਾ, ਦੋ ਕੱਲ੍ਹ ਆਏ ਸੀਗੇ, ਉਹ ਹੋਰ ਮੰਗਾਇਆ ਸੀ ਸਮਾਨ ਘਰੇ, ਦਿਖਾਉਣਾ ਤੁਹਾਨੂੰ ਜਾ ਕੇ। ਅਤੇ ਫਿਲਟਰ ਜਿਹਾ ਮੰਗਾਇਆ, ਫਿਲਟਰ ਵੀ ਵਿੱਚ ਹੀ ਆ ਅਤੇ ਆਕਸੀਜਨ ਵੀ ਵਿੱਚ ਹੀ ਆ। ਮੱਛੀਆਂ 12 ਲਿਆਂਦੀਆਂ, ਇਹ ਕਿੰਨੀਆਂ ਰਹਿ ਗਈਆਂ ਮਾਤਾ? 6 ਰਹਿ ਗਈਆਂ, 5 ਛੋਟੀਆਂ ਤੇ ਇੱਕ ਵੱਡੀ, ਬਾਕੀ ਦੀਆਂ ਚੜਾਈ ਕਰ ਗਈਆਂ, ਪਤਾ ਨਹੀਂ ਹੁਣ ਆਕਸੀਜਨ ਕਰਕੇ ਹੋ ਗਿਆ, ਪਤਾ ਨਹੀਂ ਵੀ ਉਹ ਮਿੱਠੇ ਪਾਣੀ ਵਾਲੀਆਂ ਨੀ ਗੀਆਂ ਜਾਂ ਕੀ ਚੱਕਰ ਸੀਗਾ ਕੀ ਨਹੀਂ, ਪਰ ਬਾਕੀ ਦੀ ਜਿਹੜੀਆਂ 5 ਬਚੀਆਂ ਉਹ ਵੀ ਉਹਨਾਂ ਦੇ ਨਾਲ ਦੀਆਂ ਉਹ ਬਚ ਗਈਆਂ। ਇੱਕ ਮੈਨੂੰ ਲੱਗਦਾ ਹਨਾ ਜਿੱਦਣ ਅਸੀਂ ਲਿਆਣ ਕੇ ਛੱਡੀਆਂ ਉੱਦਣ ਸੀਗਾ ਪਾਣੀ ਗੰਦਾ ਹਨਾ, ਤੇ ਜਦੋਂ ਸਾਫ਼ ਕੀਤਾ ਪਾਣੀ ਤੇ ਵਿੱਚ ਛੱਡੀਆਂ ਦੁਬਾਰਾ, ਤੂੰ ਸੁੱਖ ਲੇਖਾ ਹੀ ਹੋ ਗਿਆ ਉਹਨਾਂ ਦਾ, ਜ਼ਿਆਦਾ ਸਫਾਈ ਹੋ ਗਈ ਤੇ ਉਹਨਾਂ ਨੂੰ ਪਸੰਦ ਨਹੀਂ ਆਇਆ ਕੰਮ, ਹੁਣ ਫਿਰ ਪਾਣੀ ਹਰਾ ਹੋ ਗਿਆ ਦੁਬਾਰਾ, ਤੇ ਹੁਣ ਉਹ ਬੜੀਆਂ ਸੋਹਣੀਆਂ ਆ, ਹੁਣ ਉਹਨਾਂ ਨੂੰ ਕੋਈ ਚੱਕਰ ਮੈਟਰ ਨੀਗਾ।
ਤੇ ਬਾਕੀ ਸ਼ੈੱਡ ਦਾ ਆਲਮੋਸਟ ਕੰਮ ਡਨ ਹੋ ਗਿਆ, ਕੱਲ ਨਿਬੜਿਆ ਸੀਗਾ, ਕੱਲ ਇੱਕ ਡੱਬੀ ਲਾਉਣ ਵਾਲੀ ਰਹਿ ਗਈ, ਪਲੱਗ ਪਲੁੱਗ ਵਾਲੀ, ਬਾਥਰੂਮ ਵਾਲੀ, ਲਾਈਟ ਲੂਟ ਲਾਉਣ ਵਾਲੀ। ਕੱਲ ਆਇਆ ਸੀ ਲੱਕੀ ਆਪਣੇ ਕੋਲ, ਲੱਕੀ ਗੋਲਡ ਸਮਿਥ, ਤੇ ਸਿਸਟਮ ਦਾ ਪਤਾ ਪੁਤਾ ਕਰਕੇ ਗਿਆ ਤੇ ਪੇਟੀ ਦੀਆਂ ਉਹਨੇ ਦੋ ਤਿੰਨ ਚੀਜ਼ਾਂ ਪੁੱਛੀਆਂ ਤੇ ਹੋਰ ਨਿੱਕੇ ਮੋਟੇ ਕੰਮ। ਬਾਕੀ ਕਹਿੰਦਾ ਵੀ ਦਸੰਬਰ ਤੇ ਲਾਉਣਾ ਹੋਲੈਂਡ ਤੇ ਫੇਰ ਦੇਖਦੇ ਆ ਉਦੋਂ ਕੀ ਬਣਦਾ ਵਾ ਰੋਕਾ। ਤੇ ਹੁਣ ਮੈਂ ਜਾ ਕੇ ਆਉਣਾ ਇੱਧਰ ਨੂੰ ਤੇ ਬਚ ਜਾਣਾ ਘਰੇ, ਸਿੱਧਾ ਚੱਲ ਜਾਣਾ ਸਿੱਧਵਾਂ ਨੂੰ ਸਮਾਨ ਚੱਕਣਾ ਉੱਥੋਂ ਵੀ, ਫੇਰ ਮਿਲਦੇ ਤੁਹਾਨੂੰ। ਸਫਾਈ ਚੱਲਣ ਦੀ ਘਾਹ ਦੀ ਲੇਬਰ ਲੱਗੀ ਹੋਈ ਆ ਡਟ ਕੇ, ਇਹ ਚ ਰੱਖੀਆਂ ਮੱਛੀਆਂ ਇੱਧਰਲੀ ਸਾਈਡ, ਪਾਣੀ ਹੋ ਗਿਆ ਹਰਾ, ਹੁਣ ਇਹਦਾ ਲਿਕੁਇਡ ਜਿਹਾ ਮੰਗਾਵਾਂਗੇ ਜਿਹਨਾਂ ਪਾਣੀ ਹਰਾ ਨਾ ਹੋਵੇ। ਮੈਂ ਚੱਲਿਆ ਮਾੜਾ ਜਲੰਧਰ ਨੂੰ। ਹੈ ਹਾਂਜੀ, ਗੱਡੀਆਂ ਵੀ ਦੋਨੇ ਖੋਲੀਆਂ ਪਈਆਂ, ਇਹ 'ਚ ਬੂਫਰ ਟੈਸਟ ਕਰਨਾ ਸੀ ਉਹ ਕਰਦੇ ਸੀਗੇ, ਇੱਕ ਮਿੰਟ ਫੋਨ ਆ ਗਿਆ। ਬਾਕੀ ਮੈਂ ਹੁਣ ਜਲੰਧਰ ਨੂੰ ਚੱਲਿਆ ਸੀ ਕੰਮ, ਅਤੇ ਛੋਟਾ ਆਪਣਾ ਖੜਾ ਇੱਧਰ ਜਹਾਜ, ਨਜ਼ਾਰਾ ਹੀ ਆ ਬਈ, ਸਮਾਨ ਪਾਏ ਦਾ ਵਿੱਚ ਬਹੁਤ ਕੰਮ ਲੋਟ ਆ, ਤੇਲ ਖਰਚਾ ਤਾਂ ਹੈ ਹੀ ਨਹੀਂ ਉੱਕਾ ਹੀ। ਅਸੀਂ ਬਾਬਾ ਬਕਾਲਾ ਗਿਆ ਸੀ ਮੱਥਾ ਟੇਕਣ ਰਾਤ ਨੂੰ ਉੱਧਰ, ਅਤੇ ਮੈਂ ਕਹਿੰਦਾ ਹੱਦ ਹੱਦ 1500 ਤੇਲ ਖਾ ਲਿਆ ਉਹ ਟਰੈਕਟਰ ਨੇ, ਅੱਧੀ ਟੈਂਕੀ ਪਈ ਤੇਲ ਦੀ, ਟੈਂਕੀ ਭਰਾ ਕੇ ਤੁਰੇ ਸੀ ਇੱਥੋਂ ਘਰੋਂ। ਹਾਂ ਜੀ, ਆ ਕਾਰ ਸੀ ਇਫ ਦਾ ਰੌਣਕ ਮੇਲਾ, ਕਿੰਨਾ ਟਾਈਮ ਹੋ ਗਿਆ ਮਾਤ, 8:30 ਹੋ ਗਏ, ਚੱਲ ਚੱਲ ਕੱਸ ਕੱਸ। ਇਹ ਮਿੱਤਰ ਆਪਾਂ ਬਾਬੇ ਬਕਾਲੇ ਸਾਹਿਬ ਉਦਣ ਗਏ ਸੀਗੇ, ਅਤੇ ਉਦਣ ਨਾ ਇੱਧਰਲਾ ਟਾਇਰ ਡਲਕ ਮਾਰਦਾ ਸੀ, ਉਹ ਹਟ ਗਿਆ ਉਹ ਸਾਲਾ, ਉਹ ਬਣ ਗਈ ਗੱਲ ਬਰੋ, ਉਹ ਆਹ ਦੇ ਉੱਚੀ ਨੀਵੀਂ ਆ, ਆਹ ਦੇ ਚਲਾ ਕੇ ਪਤਾ ਲੱਗਦਾ ਇਹਨੂੰ ਫਰਕ ਆ, ਹਲੇ ਠੱਪਾ ਪਾਊਗਾ, ਦੇਖਦੇ ਹਾਂ ਇਹਦੇ ਕਿਆ ਪਰ, ਐਵੇਂ ਵੀ ਦੂਜੇ ਪਾ ਦੇਣੇ ਆ ਡਾਇਰੈਕਟ ਫਿਟਿੰਗ ਵਾਲੇ। ਲੈਵਲ ਕੱਢਣ ਲੱਗਾ ਜੀ, ਉਹ ਲੈਵਲ ਕੱਢਣ ਲੱਗਾ ਜੀ, ਦੇਖੀ ਸਿਰਾ ਕਰਾਊਗਾ ਇੱਦਾਂ, ਦੇਖੀ ਸਿਰੋ ਕਰਾ ਕੇ ਬਣ ਜਾਣੀ ਗੱਲ ਇੱਦਾਂ। ਹੈਂ ਕਮਾ ਸੰਗੂ, ਹੈਗਾ ਨਾ ਫਰਕ ਮਾੜਾ ਜਿਹਾ, ਜ਼ਿਆਦਾ ਨੀਗਾ ਮਾੜਾ ਜਿਹਾ, ਇਹ ਇੱਥੇ ਲੱਗਦਾ ਤੇ ਆਹ ਕਿੰਨਾ ਹੀ ਫਰਕ ਨਾ, ਇਥੋਂ ਤਾਂ ਉਹਨੂੰ ਜਾਣਾ ਆ ਉੱਥੇ ਪਹਿਲਾਂ, ਹਾਂ ਇਹ ਟਾਇਰ ਦੀ ਕਸਾਈ ਨੂੰ ਵੀ ਫਰਕ ਪਾਉਂਦਾ ਹੋਊ ਇਦਾਂ, ਹੈ ਬੀਜੀ ਪੈਣੀ
ਇਹਦੀ ਸਪੈਨ ਕੀ ਬਣਾਉਣਾ ਪੈਂਪਾਂ ਦਾ? ਪੈਂਪਾਂ ਸਹੀ ਕਰਾਉਣੀ ਆ, ਫਿਟਿੰਗ ਕਰਾਉਣੀ ਆ ਜੀ ਨਾਲ ਨਾਲ ਦੀ। ਹਾਂ ਹਾਂ ਜਿੱਥੇ ਮੋਗੇ ਕਹਿੰਦੇ ਉਹ ਜਾਜੀ ਸਮਾਨ ਆਉਂਦਾ ਬਹੁਤ ਜੀ ਟੋਪ ਦਾ, ਆਹ ਸਾਲਾ ਟਾਇਰ ਦੇ ਨਾਟਕ ਅਸੇ ਵਿੰਗਾ ਹੋ ਗਿਆ, ਉੱਥੇ ਨੀ ਜਾਣਾ। ਆਹ ਲੈ ਕੇ ਆ, ਆਹ ਦੋਨੇ ਮੈਨੂੰ ਲੈ ਕੇ ਗਏ ਉੱਥੇ, ਮੈਨੂੰ ਤਾਂ ਪਤਾ ਹੀ ਨੀ ਸਮਾਨ ਇੱਥੇ ਕਹਿੰਦਾ ਬਹੁਤ ਵਧੀਆ ਹੁੰਦਾ ਹੈ ਵੀ ਕਿੱਥੇ ਇੱਕ ਵਾਰੀ ਦੱਸੀ ਵਾਕਿਆ ਓਦਾਂ ਬੇੜਾ ਕਰਕੇ ਆ ਥੋੜਾ ਭਾਜੀ ਪੁਰਾਣਾ। ਉਹ ਮੈਨੂੰ ਪਤਾ ਕੀ ਲੱਗਦਾ, ਅੱਧਿਓ ਜ਼ਿਆਦਾ ਸਮਾਨ ਉਹਨੇ ਦੁਕਾਨਾਂ ਤੋਂ ਲੈ ਕੇ ਵੇਚਣ ਡਿਆ ਉਹ। ਇਹ ਵੀ ਚੀਜ਼ ਦੇਖੀ, ਨਵਾਂ ਸਮਾਨ ਕਿੰਨਾ ਪਿਆ ਉੱਥੇ, ਨਵਾਂ ਸਮਾਨ ਉੱਥੋਂ ਕਿੱਥੋਂ ਜਾਜੀ ਆ ਗਿਆ ਜਿਹੜੀਆਂ ਹਵਾ ਵਾਲੀਆਂ ਜਿੱਦਾਂ ਵੀ ਉਹ, ਕਿਉਂਕਿ ਉੱਥੇ ਬਿਜਲੀ ਵਾਲਾ ਸਮਾਨ ਥੱਲੇ ਚੱਲਦਾ ਨੀਗਾ। ਹਾਂ ਉਹ ਹੋਰ ਕੋਈ ਜੁਗਾੜ ਨਹੀਂ, ਬਾਕੀ ਤਾਂ ਮੈਂ ਸ਼ੋਚਾ ਹੀ ਕੀਤਾ ਉਹਨੇ। ਉਸਤਾਦ ਬੂਫਰ ਸੁਣ ਕੇ ਖੁਸ਼ ਹੋ ਗਿਆ ਓਏ, ਉਹ ਕਹਿੰਦਾ ਦਿਲ ਕੰਬਣ ਡਿਆ ਪਿੱਛੇ ਖੜ ਖੜ, ਉਹ ਕਹਿੰਦਾ ਹੁਣ ਸਾਨੂੰ ਇਹ ਦੋ ਇਹਦੇ ਨਾਲ ਦੇ ਲਾ ਦੇ। ਉਹ ਵਾਲੀ ਇਹ ਕਦੋਂ ਲਾਈ ਇਹ, ਇਹਨਾਂ ਨੇ ਟਰੈਕਟਰ ਹੀ ਨੀ ਦੇਖਿਆ ਤੁਸੀਂ ਸਾਲੋ ਇਹਦੀ, ਮੇਰਾ ਮੈਨੂੰ ਲੱਗਦਾ ਗੋਰ ਨਾ, ਮੈਂ ਟਰੈਕਟਰ ਦਾ ਕੁਛ ਵੀ ਨੀ ਛੇੜਿਆ, ਸਾਰਾ ਕੁਛ ਲੱਗਾ ਹੋਇਆ ਸੀ। ਇਹ ਮੈਨੂੰ ਸਵੇਰ ਦਾ ਹੀ ਨਹੀਂ ਕਹੀ ਜਾਂਦਾ, ਕਹਿੰਦਾ ਯਾਰ ਲੈਦਰ ਬਹੁਤ ਘਰੀ ਲਾਤੀ ਲਾਓ, ਕੀ ਹੋਇਆ ਮਾਲ ਪੱਤਾ ਮੈਨੂੰ ਲੱਗਦਾ ਖਿੜਿਆ ਨੀ ਪੂਰਾ ਮੈਨੂੰ ਲੱਗਦਾ। ਗਿੱਲੇ ਮਾਲ ਨੂੰ ਕਹਿੰਦਾ ਮੈਂ ਹੱਥ ਨੀ ਲਾਉਂਦਾ ਤੁਹਾਡੇ ਘਰੇ ਚੱਲਦਾ, ਪੜ ਦਿਓ ਪੜ ਦਿਓ ਬਾਲੇ ਨਾ ਖੋਲੀ। ਹਾਂ ਬਾ ਲੂ ਦੀ ਕਰੀ ਮਾੜੇ ਮਾੜੇ, ਉੱਥੋਂ ਹੀ ਸੱਟ ਮਾਰ ਕੇ ਤਾਂ ਉਹਨੂੰ ਜਾਣ ਲਿਓ ਜਿੰਨੇ ਕੀ ਖਰਾਦ ਤੇ ਖਰਾਦ ਹੁੰਦੀ ਆ ਕਿੰਨਾ ਮਿੰਟਾਂ 'ਚ ਫਰਕ ਆ। ਮੇਰੇ ਵੀ ਲਾ ਦੇਣਾ ਨੇ ਬੁਰਸ਼ ਨਾਲ ਇੱਕ ਅੱਧਾ, ਟਰੈਕਟਰ ਦੀ ਦਿਖਾ ਦੀ ਕਿਹੜੀ, ਮੇਰੇ ਵੀ ਲਵਾਉਂਗੇ ਨਾਲ ਇੱਕ ਅੱਧਾ। ਕੰਮ ਕਰ ਉਹਨੂੰ ਕਹਿਣਾ, ਤੈਨੂੰ ਨੀ ਕਹਿਣਾ, ਤੂੰ ਮੇਰੇ ਕੋਲ ਬੈਠਾ। ਚੱਲ ਚੱਲ ਉੱਧਰ ਚੱਲ ਉੱਧਰ ਚੱਲ ਚੱਲ ਲਵ ਨੂੰ ਪੈ ਜਾ, ਇਹਨੂੰ ਨੀ ਪੈਣਾ ਇਹ ਮੇਰੇ ਕੋਲ ਬੈਠਾ। ਲਵ ਦੇ ਦੰਦੀ ਵੜਦੇ ਜਾਈ ਲੈ, ਉਹ ਜਾਈ ਲੈ, ਉਹ ਦੰਦੀ ਵੜ, ਉਹ ਭੱਜ ਗਿਆ ਉਧਰ ਮੇਰੇ ਹਾਲ। ਇਹਨੇ ਜੇ ਰਾਤੇ ਚ ਸ਼ੇਰ ਬਣਾਇਆ ਲੋ ਵੀ ਕਰਤਾ ਫਿਰ ਟੋਕੇ ਰਿਪੋਰਟ। ਉਸਤਾਦ ਕੀ ਚੱਕਰ ਸੀ ਇਹਨੂੰ? ਸਪੈਂਡਲ ਦੇ ਨਾਲ ਢਿੱਲੇ ਹੀ ਪਏ ਆ ਵਾਲੇ, ਉਹਦਾ ਕਰਕੇ ਭੰਗੜਾ ਪਾਉਂਦਾ ਸੀ। ਬਾਰਿਸ਼ ਵੀ ਲੱਗਣ ਵਾਲਾ ਹਲੇ, ਨਵੇਂ ਤੋਂ ਆਪਾਂ ਹੁਣ ਸਿਸਟਮ ਆਪਣੇ ਵਾਲਾ ਖੋਲ ਦੇਣਾ, ਗੋਇੰਦਵਾਲ ਸਾਹਿਬ ਵਾਲਾ ਮੇਲਾ ਦੇਖ ਕੇ ਜੇ ਦੇਖਣਾ ਹੋਇਆ ਤਾਂ, ਮਗਰ ਆਪਾਂ ਸਿਸਟਮ ਆਪਣੇ ਵਾਲਾ ਲਾ ਦੇਣਾ।
ਤੇ ਹੁਣ ਹੋਲੇ ਮਹੱਲੇ ਤੇ ਨਵੀਂ ਆਈਟਮ ਲਾਵਾਂਗੇ ਕੋਈ ਐਤਕੀ ਵੀ ਜਾਣਗੇ ਉਸਤਾਦ ਹੋਣੀ ਮੇਰੇ ਨਾਲ ਜਾਣਗੇ ਉਪਰਾ ਜਾਊਂਗੇ ਨਾ ਤੱਕ ਪਾਵਾਂਗੇ ਮੇਲੇ ਤੇ ਪੂਰੀ ਪਿਛਲੀ ਵਾਰੀ ਗੇਅਰ ਟੁੱਟ ਗਿਆ ਸੀ ਉਹਦੇ ਐਤਕੀ ਤੋਂ ਆਪਾਂ ਸਮਾਨ ਪਹਿਲੇ ਨਾਲ ਲੈ ਕੇ ਜਾਣਾ ਇਹ ਸੰਘੂ ਮੈਂ ਕਿਹਾ ਪਿਛਲੀ ਵਾਰੀ ਹੋਲੇ ਮਹੱਲੇ ਤੇ ਗੇਅਰ ਟੁੱਟ ਗਿਆ ਸੀ ਮੈਂ ਕਿਹਾ ਪਿਛਲੀ ਵਾਰੀ ਹੋਲੇ ਮਹੱਲੇ ਤੇ ਗੇਅਰ ਟੁੱਟ ਗਿਆ ਮੈਂ ਕਿਹਾ ਐਤਕੀ ਆਪਾਂ ਆਪਦਾ ਸੰਦ ਵੇਲੇ ਨਾਲ ਹੀ ਲੈ ਕੇ ਜਾਣਾ ਸਾਰਾ ਲੋ ਮਿੱਤਰੋ ਅਗਲਾ ਦਿਨ ਮੌਸਮ ਜੇ ਕਰੋ ਰਮਨ ਦੀ ਅਸੀਂ ਤੇ ਅਸੀਂ ਫਰੇਮ ਜਿਹਾ ਬਣਾ ਗਿਆ ਮੁੜ ਕੇ ਫੇਰ ਨਹੀਂ ਵੜਿਆ ਦੂਜਾ ਦਿਨ ਫੇਰ ਹੋ ਗਿਆ ਟਾਇਰ ਟੂਰ ਕੱਸ ਕੇ ਟਰੈਕਟਰ ਕਰਤਾ ਇੱਧਰ ਫੋਨ ਆ ਗਿਆ ਬਾਈ ਕਿੱਥੋਂ ਹੈ ਅਤੇ ਅੱਗੇ ਆਪਣਾ ਸੈੱਟ ਗਿਆ ਸੀਏ ਵਾਲਾ ਵਧੀਆ ਚੱਲਦਾ ਬਾਈ ਹੁਣਾਂ ਨੂੰ ਇੱਕ ਕੰਪਲੇਂਟ ਆਈ ਗਰਮ ਹੋਣ ਵਾਲੀ ਉਹ ਵੀ ਪਿੱਛੇ ਬੰਦ ਕੀਤਾ ਸੀ ਤਾਂ ਕਰਕੇ ਅਤੇ ਬਾਕੀ ਉੱਦਾਂ ਕੋਈ ਚੱਕਰ ਨਹੀਂ ਬਾਕੀ ਹੁਣ ਵੀਰ ਹੁਣੀ ਦੇਣਾ ਸੀ ਆਰਡਰ ਚੌਂ ਬੂਫਰਾਂ ਵਾਲੇ ਦਾ ਉਹਨਾਂ ਨੂੰ ਪੱਖੇ ਵੱਡੇ ਲੈਵਲ ਵਾਲੇ ਦੇ ਦਿੱਤੇ ਅਤੇ ਹੁਣ ਲਾਵਾਂਗੇ ਬਾਈ ਹੁਣਾਂ ਦੇ ਐਸ ਪੀ ਵਾਲੇ 500 RMS ਉਹ ਵਾਲਾ ਮਾਡਲ ਟੱਕਾਂ ਵਾਲਾ ਜਿਹੜਾ ਆਪਣੇ ਲੱਗਾ ਹੋਇਆ ਬਾਈ ਹੁਣੀ ਟਰਬੋ ਚੈੱਕ ਕਰੋ ਗੱਡੀ ਚੱਕੀ ਫਿਰਦੀ ਉਹ ਭਾਜੀ ਪਹਿਲਾਂ ਕਿਹਨੂੰ ਲਾਉਣੀ ਸੀ ਇਹ ਪਹਿਲਾਂ ਇੰਟਰ ਨੂੰ ਲਾਉਣੀ ਵਾਕਿਆ ਹੈਡ ਹੁੱਡ ਖੱਤੇ ਚੋਂ ਲੱਭਣਾ ਸੀ ਕਿਤੇ ਹੁਣ ਬਾਈ ਕਹਿੰਦਾ ਸਟੈਂਡਰਡ ਨੂੰ ਲਾਉਣੀ 4 ਸਿਲੰਡਰ ਨੂੰ ਵਾਕਿਆ ਹੀ ਘੈਂਟ ਚੀਜ਼ ਆ ਬਾਈ ਬਹੁਤ ਘੈਂਟ ਚੀਜ਼ ਆ ਲਓ ਬਾਈ ਵੀਰੋਂ ਨਹੀਂ ਚਲੇ ਗਏ ਅਤੇ ਆਹ ਬੂਫਰ 2 ਸੇਲ 'ਤੇ ਆ ਮੇਰਾ ਵੀਰ ਕਿਸੇ ਵੀ ਭਰਾ ਨੂੰ ਚਾਹੀਦੇ ਆ DM ਕਰ ਲਿਓ ਬਾਈ ਉਹਨਾਂ ਦੇ ਬੂਫਰ ਆ ਗੱਡੀ 'ਚ ਚੱਲੇ ਹੋਏ 2 ਜਣੇ ਲਿੰਪ 'ਤੇ ਇੱਕ ਇੱਕ ਨੂੰ ਇੱਕ ਇੱਕ ਮਤਲਬ 2 ਜਣੇ ਲਿੰਪ ਲੱਗਾ ਸੀ ਵਧੀਆ ਪਿਆ ਬੂਫਰ ਐਂ ਜਮਾਂ ਜੇ ਕਿਸੇ ਭਰਾ ਨੇ ਲਾਉਣੇ ਹੋਏ ਲਾ ਸਕਦਾ ਵਧੀਆ ਹੈ ਨਾ ਬਾਈ ਹੁਣੀ ਦੇਖ ਕੇ ਇਹਨਾਂ ਦੀ ਸਾਈ ਆਪਾਂ ਆਹ ਵੀ ਦਿਖਾਏ ਬਾਈ ਨੂੰ ਦੋਨੇ 500 RMS ਠੀਕ ਆ ਬਾਈ ਕਹਿੰਦਾ ਵੀ ਆਪਾਂ ਨੂੰ ਆਹ ਜ਼ਿਆਦਾ ਸੋਹਣਾ ਲੱਗਦਾ ਇਹ ਲਾ ਦਿਓ ਠੀਕ ਆ ਮੇਰਾ ਭਰਾ ਅਤੇ ਬਾਕੀ ਹੁਣ ਆਪਾਂ ਕਰੀਏ ਆਪਦਾ ਕੰਮ ਘਰ ਬੰਨਿਆ ਹੀ ਆ ਭਰਾਵਾ ਕੀ ਹੋਇਆ ਡਰਦਾ ਕਾਹਦਾ ਹਾਂ ਚਾਲੂ ਆ ਬੜੇ ਬੜੇ ਉਹ ਇਹਦਾ ਬਦਲੀਏ ਪੰਪ ਜਾ ਫਿਰ ਅੱਜ ਯਾਰ ਮਿੱਤਰੋ ਪ੍ਰੈਸ਼ਰ ਵਾਲਾ ਜਿਹੜਾ ਆਇਲ ਪ੍ਰੈਸ਼ਰ ਵਾਲਾ ਪੰਪ ਆ ਉਹ ਇਹਦਾ ਬਦਲਣਾ ਆ ਜਾਂ ਉਹਨੂੰ ਖੋਲਦੇ ਹਾਂ ਤਾਂ ਦੇਖਦੇ ਹਾਂ ਉਹਨੂੰ ਕੀ ਚੱਕਰ ਮਿੰਟ ਪ੍ਰੈਸ਼ਰ ਜਿਹੜਾ ਉਹ ਸਹੀ ਨਹੀਂ ਦੱਸਦਾ ਅਤੇ ਉਹ ਓਕੇ ਰਿਪੋਰਟ ਕਰਨਾ ਆ ਬਾਕੀ ਹੋਰ ਨਿੱਕੇ ਮੋਟੇ ਕੰਮ ਕਰਨੇ ਆ ਤਾਂ ਪੈਪਾਂ ਜਿਹੜੀਆਂ ਇਹ ਸਹੀ ਕਰਨੀਆਂ ਆਪਾਂ ਪਾਵਰ ਵਾਲੀਆਂ ਪੈਪਾਂ ਆਪਾਂ ਨਾਲ ਨਾਲ ਦੀ ਕਰ ਦੇਣੀਆਂ ਜਦੋਂ ਹੁਣ ਆਹ ਕਲਾਰਾ ਜਿਹਾ ਪਿਆ ਆਪਾਂ ਮੁੜ ਕੇ ਬਦਲਿਆ ਹੀ ਨਹੀਂ ਸੀ ਉੱਦਾਂ ਹੀ ਸੀਗਾ ਉਹ ਜੀ ਕਾਂਡ ਕਰਨਾ ਆਪਾਂ ਹੁਣ ਨਾਲ ਨਾਲ ਦੀਆਂ ਨੇ ਆਹ ਤਾਂ ਫਿਰ ਵੀ ਠੀਕ ਆ ਜਿਹੜੀ ਆ ਜਾਂਦੀ ਆ ਆਹ ਵਾਲੀ ਨਹੀਂ ਸਹੀ ਹੈਗੀ ਜਿਹੜੀਆਂ ਥੱਲੇ ਨੂੰ ਜੈਕ ਨੂੰ ਜਾਂਦੀਆਂ ਦੋਨੇ ਨਹੀਂ ਸਹੀ ਆਹ ਵੀ ਇੱਥੋਂ ਇੱਦਾਂ ਕਰਕੇ ਥੱਲੇ ਲੈ ਜਾਣੀ ਇੱਥੋਂ ਦੀ ਸਾਫ਼ ਜਿਹੀ ਹੋ ਜੂ ਫਿਟਿੰਗ ਥੋੜ੍ਹੀ ਅਤੇ ਕਰੋ ਚੈੱਕ ਫਿਰ ਮਿੱਤਰੋ ਸੱਪ ਅਤੇ ਸੱਪ ਠਾ ਸੱਪ ਠਾ ਸੱਪ ਅਤੇ ਠਾ ਸੱਪ ਇਹ ਨਵੀਂ ਆਈਟਮ ਹੈ ਖੋਰ ਆਉਣ ਵਾਲੀ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਦਿਨ ਦੋ ਦਿਨ ਦੋ ਹੋਰ ਦੋਵਾਂ ਤਿੰਨਾਂ ਦਿਨਾਂ 'ਚ ਪੇਸ਼ ਕਰਾਂਗੇ ਨਵੀਂ ਆਈਟਮ ਹੈ ਖੋਰ ਠੀਕ ਆ ਉਹ ਸਾਡਾ ਜ਼ਿਆਦਾ ਦਿਨ ਵੀ ਲੱਗ ਜਾਣ ਪਰ ਆਈਟਮ ਬੰਬ ਹੀ ਆਊਗੀ ਉਹ ਵੀ ਕੈਰੀ ਆਈਟਮ ਆਊਗੀ ਪੂਰੀ ਬਾਕੀ ਆਹ ਨਵਾਂ ਮਾਰਕੀਟ ਵਾਲਾ ਜਗਾੜ ਆਹ ਹੈਗਾ 1200 RMS 'ਚ ਨਵਾਂ ਮਾਲ ਹੁਣ ਆਪਣਾ ਆਪਾਂ ਤਕਰੀਬਨ ਨਾ 2200-2300 RMS ਤੱਕ ਜਾਵਾਂਗੇ
1700 RMS ਵੀ ਅਤੇ 2000 RMS ਵੀ ਠੀਕ ਆ, ਅਤੇ ਬੰਬ ਐਟਮ ਆਊਗੀ ਪੂਰੀ ਹੈ ਨਾ। ਇਹ ਗੱਡੀਆਂ ਵਾਲੇ ਭਰਾਵਾਂ ਦੀਆਂ ਜੇ ਤਸੱਲੀਆਂ ਕਰਾਵਾਂਗੇ ਪੂਰੀਆਂ, ਐਨ ਤਸੱਲੀਆਂ SPL ਸੈਟਅਪ ਲਾਵਾਂਗੇ ਖਰੇ ਖਰੇ। ਅਤੇ ਮੇਰਾ ਐਤ ਕੀ ਇਰਾਦਾ ਵੀ ਆਪਾਂ ਆਪਣੇ ਵਾਲੀ ਬ੍ਰਿਜ ਆ ਜਿਹੜੀ ਆ ਨਾ, ਮੈਂ ਦਿਖਾਉਣਾ ਤੁਹਾਨੂੰ ਜਿਹੜੀ ਆਪਣੇ ਵਾਲੀ ਬ੍ਰਿਜ ਆ, ਉਹ 'ਚੋਂ ਆਪਾਂ ਨਾ ਸੀਟਾਂ ਪੜ ਦੇਣੀਆਂ ਮਗਰਲੀਆਂ, ਉਹਨੂੰ ਇਕੱਲੀ ਜਿੱਦਾਂ ਡੈਮੋ ਕਾਰ ਬਣਾਵਾਂਗੇ। ਇਹ 'ਚ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਵੀ ਇਹ 'ਚ 2 ਲਾਈਏ, 4 ਲਾਈਏ ਜਾਂ ਕਿੰਨੇ ਵੂਫਰ ਲਾਈਏ। ਲਾਵਾਂਗੇ ਖਰੇ ਬੰਬ ਐਟਮ ਹੀ ਪੂਰੀ, ਵੀ ਸ਼ੀਸ਼ੇ ਤੋੜਨ ਵਾਲੀ ਲੱਛਣ ਕਰਾਂਗੇ ਪੂਰੇ, ਹੈ ਨਾ। ਬਾਕੀ ਗਾਣਾ ਵੀ ਖਾਵਾਂਗੇ ਘਰੋਂ। ਫਿਰ ਇਹ 'ਚ ਮੱਛੀਆਂ ਰੱਖੀਆਂ, ਪਾਣੀ ਹਰਾ ਬਹੁਤ ਹੁੰਦਾ ਯਾਰ, ਕੋਈ ਦੱਸੋ ਜਗਾੜ ਹੈਗਾ ਉਹਦੇ ਭੱਜੀਆਂ ਫਿਰਦੀਆਂ ਵਿੱਚ। ਹੋਰ ਪਾਣੀ ਬਹੁਤ ਯਾਰ ਗੰਦਾ ਹੁੰਦਾ, ਦੇ ਲਓ 4-5 ਦਿਨ ਨਿਕਲੇ ਪਾਣੀ ਐਨ ਹਰਾ ਹੋ ਗਿਆ, ਪਤਾ ਨਹੀਂ ਕੀ ਚੱਕਰ ਆ। ਹੁਣ ਫਿਲਟਰ ਵੀ ਮੰਗਵਾਇਆ ਇੱਕ ਮੈਂ, ਆਹ ਉਨਾ ਟਾਈਮ ਚਲਾਇਆ ਬੁਲਬਲੇ 'ਚ ਲਾਉਣ ਨੂੰ, ਹੁਣ ਫਿਲਟਰ ਮੰਗਵਾਇਆ ਆਕਸੀਜਨ ਵਾਲਾ, ਨਾਲੇ ਵਿੱਚ ਆਕਸੀਜਨ ਰਿਹਾ ਕਰੂਗੀ ਅਤੇ ਨਾਲੇ ਪਾਣੀ ਉਹਨਾਂ ਸਾਫ਼ ਰਹੂਗਾ, ਹੈ ਨਾ। ਜੇ ਕਿਸੇ ਹੋਰ ਭਰਾ ਨੂੰ ਪਤਾ ਹੋਇਆ ਤਾਂ ਦੱਸਿਓ ਕਮੈਂਟ ਕਰਕੇ ਵੀ ਕੀ ਜਗਾੜ ਕਰੀਏ। ਬਾਕੀ ਬਾਬੇ ਦੀ ਮਿਹਰ ਨਾ ਸ਼ੈੱਡ ਬਹੁਤ ਸੋਹਣਾ ਪੈ ਗਿਆ। ਅੱਗੇ ਯਾਰ ਮੀਂਹ ਮੂੰਹ 'ਚ ਬਹੁਤ ਤੰਗੀ ਆਉਂਦੀ ਸੀ, ਥਾਂ ਹੁੰਦਾ ਸੀ ਥੋੜ੍ਹਾ, ਬਾਹਰ ਕੰਮ ਕਰੀਦਾ ਸੀਗਾ। ਇਹ ਸਾਰੇ ਭਰਾਵਾਂ ਦੀ ਸਪੋਰਟ, ਸਾਡਾ ਸਾਰਿਆਂ ਦਾ ਤੇ ਪ੍ਰੇਮ, ਜਿੰਨੇ ਭਰਾਵਾਂ ਨੇ ਸਪੋਰਟ ਕੀਤੀ ਸਾਰਿਆਂ ਨੇ, ਹੈ ਨਾ। ਅਤੇ ਵਾਹਿਗੁਰੂ ਦੀ ਬਦੌਲਤ ਆਪਾਂ ਇੱਥੇ ਤੱਕ ਪਹੁੰਚੇ ਮੇਰਾ ਵੀਰ, ਠੀਕ ਨਹੀਂ। ਬਾਕੀ ਦੱਸਿਓ ਕਮੈਂਟ ਕਰਕੇ ਘੋੜਾ ਕਿਵੇਂ ਲੱਗਦਾ। ਉੱਧਰ ਆਪਾਂ ਅੰਦਰਲੀ ਸਾਈਡ 'ਤੇ ਜਿੱਦਾਂ ਇੱਥੇ ਇੱਕ ਪੱਖਾ ਲਾਤਾ, ਜੇ ਕਿਸੇ ਨੇ ਬਹਿਣਾ ਬੁਣਾ ਆ, ਉਹ ਪੱਖਾ ਦੂਜਾ ਲਾਤਾ। ਵੈਸੇ ਆਪਣੇ ਕੋਲ ਵੱਡਾ ਕੂਲਰ ਵੀ ਹੈਗਾ, ਇੱਕ ਪੱਖਾ ਇੱਥੇ ਲਾਤਾ। ਇੱਥੇ ਆਪਾਂ ਨਾ ਸੈਲਫਾਂ ਪਾਉਣੀਆਂ ਆ ਅਤੇ ਸਮਾਨ ਟਿਕਾਵਾਂਗੇ ਐਨ ਸਾਰਾ, ਹੈ ਨਾ। ਅਤੇ ਬਾਕੀ ਇੱਥੇ ਬਹਿਣ ਬਹੁਣ ਨੂੰ ਇੱਕ ਬੈਂਚ ਬੁੰਚੀਆਂ ਮਤਲਬ ਲਾ ਦੇਵਾਂਗੇ, ਬੈੱਡ ਵਾਂਗੂ ਕੁਛ, ਵੀ ਜੇ ਕੋਈ ਆਇਆ ਦੂਰੋਂ ਨੇੜਿਓ, ਹੈ ਨਾ, ਅਤੇ ਅਗਲਾ ਪੈ ਪੂ ਸਕੇ, ਹੈ ਨਾ। ਇੱਥੇ ਨਾਲੇ AC ਲਾ ਦੇਵਾਂਗੇ ਅੰਦਰ। ਅਤੇ ਦੱਸਿਓ ਕਿੱਦਾਂ ਓਕੇ ਰਿਪੋਰਟ ਆ ਕੰਮ, ਅੰਦਰ ਵੀ ਲਾਈਟਾਂ ਲਾ ਦਿੱਤੀਆਂ ਜੀ, ਵਾਹ ਵਾਹ ਬਹੁਤ ਆ, ਹੈ ਨਾ। ਇਹਨਾਂ ਦੀ ਲਾਈਟਾਂ ਦਾ ਇਹ ਫਾਇਦਾ ਹੈ ਪਰਛਾਵਾਂ ਨਹੀਂ ਪੈਂਦਾ, ਲਾਈਟ ਬਣਦੀ ਬਹੁਤ ਸੋਹਣੀ ਹੈ। ਮਾਤਾ ਕਿੱਦਾਂ ਫਿਰ ਕਿਵੇਂ ਆ? ਲੋ ਮਿੱਤਰੋ, ਮੈਂ ਚਲੇ ਮਾੜਾ ਕਪੂਰਥਲੇ ਨੂੰ ਅਤੇ ਸਮਾਨ ਚੱਕਣਾ ਸੀ ਉੱਥੋਂ, ਅਤੇ ਇਸ ਤੋਂ ਬਾਅਦ ਜਾਣਾ ਆਪਾਂ ਭਾਅ ਜੀ ਕੁਲਜੀਤ ਕੋਲ, ਪੇਟੀਆਂ ਰਾਤ ਨੂੰ ਬਣਾਉਣੀਆਂ ਆ, ਅਤੇ ਔਡਰ 2-3 ਹੈਗੇ ਕਾਲੀ ਵਾਲੇ, ਅਤੇ ਉਹਦਾ ਕਰਕੇ ਪੇਟੀਆਂ ਹੁਣ ਰਾਤੋਂ ਰਾਤ ਬਣਾਉਣੀਆਂ ਆ 2-3, ਬਣਾ ਕੇ ਤਾਂ ਫੇਰ ਫਿਟਿੰਗ ਫੁਟਿੰਗ ਉਹਨਾਂ ਦੀ ਕਰਾਂਗੇ ਸਾਰੀ। ਬਾਕੀ ਮੇਰਾ ਵੀਰ ਮਿਲਦੇ ਹਾਂ ਨਵੇਂ ਵਲੋਗ ਦੇ ਵਿੱਚ, ਅਤੇ ਵਲੋਗ ਲੱਗਾ ਵਧੀਆ ਤਾਂ ਲਾਈਕ ਕਰਿਓ, ਕਮੈਂਟ ਕਰਿਓ ਅਤੇ ਸ਼ੇਅਰ ਜ਼ਰੂਰ ਕਰਿਓ ਮੇਰਾ ਭਰਾ, ਅਤੇ ਮਿਲਦੇ ਹਾਂ ਜੀ ਨਵੇਂ ਵਲੋਗ ਦੇ ਨਾਲ।